ਬਾਈ ਸਿੱਧੂ ਮੂਸੇਵਾਲੇ ਦਾ ਸਭ ਤੋਂ ਹਰਮਨ ਪਿਆਰਾ ਟਰੈਕਟਰ 911 ਬਾਈ ਦੀ ਯਾਦਗਾਰ ਤੇ ਜਿਹੜਾ ਰੱਖਿਆ ਜਾ ਰਿਹਾ ਤੁਸੀਂ ਜਾਣਦੇ ਹੋ ਬਾਈ ਸਿੱਧੂ ਮੂਸੇਵਾਲੇ ਦਾ 911 ਨਾਲ ਜਿਹੜਾ ਬਹੁਤ ਜ਼ਿਆਦਾ ਪਿਆਰ ਸੀ ਤੇ ਜਿਹੜਾ ਇਹ ਟਰੈਕਟਰ ਹੈ ਬਾਈ ਦੇ ਇੱਕ ਫੈਨ ਨੇ ਜਦੋਂ ਬਾਈ ਜਿਉਂਦਾ ਸੀ ਉਦੋਂ ਬਾਈ ਸਿੱਧੂ ਮੂਸੇਵਾਲੇ ਨੂੰ ਦਿੱਤਾ ਸੀਗਾ ਹੁਣ ਬਹੁਤ ਲੋਕ ਐਵੇਂ ਵੀ ਸੋਚਣਗੇ ਵੀ ਸਿੱਧੂ ਮੂਸੇਵਾਲੇ ਨੂੰ 911 ਕਿਹਾ ਕਿਉਂ ਜਾਂਦਾ ਜਦੋਂ ਬਾਈ ਸਿੱਧੂ ਮੂਸੇਵਾਲਾ ਤੇ ਆਰਨੇਤ ਕੈਨੇਡਾ ਦੇ ਵਿੱਚ ਜਿਹੜਾ ਸ਼ੋਅ ਕਰ ਰਹੇ ਸੀ ਤਾਂ ਉਦੋਂ ਆਰਨੇਤ ਨੇ ਇੱਕ ਗੀਤ ਲਿਖਿਆ ਸੀ ਦਿੱਤਾ ਰੱਬ ਨੇ 911 ਜਾਂ ਸਾਨੂੰ ਮੂਸੇ ਵਾਲਾ ਜੱਟ ਬਲੀਏ ਉਸ ਤੋਂ ਬਾਅਦ ਜਿਹੜਾ ਸਿੱਧੂ ਮੂਸੇਵਾਲੇ ਨੂੰ 911 ਕਿਹਾ ਜਾਣ ਲੱਗ ਪਿਆ ਸੀਗਾ ਤੇ ਆ ਦੇਖੋ ਤੁਸੀਂ ਬਾਈ ਦੀ ਯਾਦਗਾਰ ਤੇ ਜਿਹੜਾ 911 ਟਰੈਕਟਰ ਬਾਈ ਸਿੱਧੂ ਮੂਸੇਵਾਲੇ ਦਾ ਜਿਹੜਾ ਸਜਾਇਆ ਜਾ ਰਿਹਾ ਉਧਰਲੇ ਪਾਸ ਹਵੇਲੀ ਦੇ ਵਿੱਚ ਜਿਹੜਾ ਟਰੈਕਟਰ ਪਿਆ ਸੀ ਤੇ ਬਾਈ ਸਿੱਧੂ ਮੂਸੇਵਾਲੇ ਦੇ ਜਿਹੜਾ ਹੁਣ ਪੈਰਾਂ ਦੇ ਵਿੱਚ ਜਿਹੜਾ ਰੱਖਿਆ ਜਾਊਗਾ ਚੰਗੀ ਤਰ੍ਹਾਂ ਜਿਹੜਾ ਬੁੱਤ ਨੂੰ ਵੀ ਸਾਫ਼ ਕੀਤਾ ਜਾ ਰਿਹਾ ਬਾਈ ਸਿੱਧੂ ਮੂਸੇਵਾਲੇ ਨੂੰ ਤੇ ਬਾਈ ਸਿੱਧੂ ਮੂਸੇਵਾਲਾ 911 ਟਰੈਕਟਰ ਤੋਂ ਬਨਾ ਅਧੂਰ ਹੈਣਾ ਆਪਾਂ ਕਹਿ ਦਈਏ ਕਿਉਂਕਿ ਬਾਈ ਦਾ ਸਭ ਤੋਂ ਜ਼ਿਆਦਾ ਹਰਮਨ ਪਿਆਰਾ ਟਰੈਕਟਰ ਸੀ ਬਾਈ ਨੂੰ ਟਰੈਕਟਰਾਂ ਦਾ ਬਹੁਤ ਸ਼ੌਂਕ ਸੀਗਾ ਤੇ ਖੇਤੀ ਬਾਈ 911 ਟਰੈਕਟਰ ਨਾਲ ਹੀ ਕਰਦਾ ਹੁੰਦਾ ਸੀਗਾ ਤੁਸੀਂ ਅਕਸਰ ਵੇਖਿਆ ਹੋਣਾ ਕਈ ਗੀਤਾਂ ਦੇ ਵਿੱਚ ਬਾਈ ਸਿੱਧੂ ਮੂਸੇਵਾਲੇ ਨੇ ਜਿਹੜਾ 911 ਟਰੈਕਟਰ ਸੀ ਉਹ ਵਰਤਿਆ ਸੀਗਾ ਹੈਨਾ ਤੇ ਅਕਸਰ ਆਪਾਂ ਕੋਈ ਵੀ ਸਟੋਰੀ ਦੇਖਦੇ ਸੀ ਕੁਝ ਵੀ ਜਦੋਂ ਬਾਈ ਦੀ ਕੋਈ ਵੀ ਵੀਡੀਓ ਵਾਇਰਲ ਹੁੰਦੀ ਸੀ ਤਾਂ 911 ਟਰੈਕਟਰ ਬਾਈ ਦੇ ਜਿਹੜਾ ਕੋਲੇ ਹੁੰਦਾ ਸੀ ਹੈਨਾ ਤੇ 911 ਟਰੈਕਟਰ ਦੇ ਮੂਰੇ ਬਾਈ ਨੇ ਲਿਖਿਆ ਹੋਇਆ ਸੀ ਹੈ ਕੋਈ ਹੋਰ ਤੇ ਇਹ ਰਾਠੀ ਵੱਲੋਂ ਜਿਹੜਾ ਬਾਈ ਨੂੰ ਟਰੈਕਟਰ ਦਿੱਤਾ ਗਿਆ ਸੀ ਬਾਈ ਸਿੱਧੂ ਮੂਸੇਵਾਲੇ ਨੂੰ ਤੇ ਹੁਣ ਜਿਹੜਾ ਚੰਗੀ ਤਰ੍ਹਾਂ ਬਾਈ ਦੀ ਯਾਦਗਾਰ ਨੂੰ ਸਾਫ਼ ਕਰਕੇ ਜਿਹੜਾ ਮੂਰੇ ਟਰੈਕਟਰ ਹੈ ਜਿਹੜਾ ਰੱਖਿਆ ਜਾ ਰਿਹਾ ਹੈਗਾ ਇਸ ਤੋਂ ਬਾਅਦ ਜਦੋਂ ਵੀ ਤੁਸੀਂ ਆਓਗੇ ਬਾਈ ਦੀ ਯਾਦਗਾਰ ਤੇ ਤਾਂ ਜਿਹੜਾ ਤੁਹਾਨੂੰ ਟਰੈਕਟਰ ਇਹ ਦੇਖਣ ਨੂੰ ਮਿਲੂਗਾ ਬਾਈ ਦੇ ਅੱਗੇ ਸਾਹਮਣੇ ਇੱਕ ਸਟ੍ਰੀਕਰ ਲੱਗਿਆ ਹੋਇਆ ਟਰੈਕਟਰ ਦੇ ਕੋਲੇ ਵੀ ਆਸਰੇ ਵਿੱਚ ਇਹ ਦਿੱਤਾ ਗੀਨੇ ਸੀ ਹੈਨਾ ਤੇ ਉਸ ਉੱਪਰ ਹੀ ਬਾਈ ਦੀ ਜਿਹੜੀ ਉਸ ਬੰਦੇ ਨਾਲ ਫੋਟੋ ਵੀ ਲੱਗੀ ਹੋਈ ਹੈ ਜਦੋਂ ਬਾਈ ਜਿਆਉਣਾ ਹੁੰਦਾ ਸੀ ਬਾਈ ਸਿੱਧੂ ਮੂਸੇਵਾਲੇ ਨੂੰ ਬਹੁਤ ਲੋਕਾਂ ਨੇ ਕਿਸੇ ਨੇ ਗੱਡੀ ਗਿਫਟ ਕੀਤੀ ਹੈ ਨਾ ਕਿਸੇ ਨੇ ਐਂਬੂਲੈਂਸਾਂ ਕਿਸੇ ਨੇ ਕੁਝ ਕਿਸੇ ਨੇ ਕੁਝ ਬਹੁਤ ਜ਼ਿਆਦਾ ਲੋਕ ਪਿਆਰ ਭੇਜਦੇ ਸੀ ਬਾਈ ਸਿੱਧੂ ਮੂਸੇਵਾਲੇ ਨੂੰ ਕੋਈ ਫੋਟੋਆਂ ਤਸਵੀਰਾਂ ਵੱਡੀਆਂ ਹੈ ਨਾ ਫਰੇਮ ਪਤਾ ਨਹੀਂ ਕਿੰਨਾ ਕੁ ਕੁਸ਼ ਯਾਰ ਐ ਇੱਕ ਫੈਨ ਨੇ ਆ ਜਿਹੜਾ ਬਾਈ ਸਿੱਧੂ ਮੂਸੇਵਾਲੇ ਦਾ 911 ਡਾਇਰੈਕਟਰ ਬਣਾਇਆ ਸੀਗਾ ਬਹੁਤ ਸੋਹਣਾ ਡਾਇਰੈਕਟਰ ਹੈ ਬਾਈ ਸਿੱਧੂ ਮੂਸੇਵਾਲੇ ਨੂੰ ਜਿਹੜਾ ਗਿਫਟ ਕੀਤਾ ਸੀਗਾ ਬੇਸ਼ੱਕ ਬਾਈ ਹੁਣ ਇਸ ਦੁਨੀਆ ਤੇ ਨਹੀਂ ਪਰ ਇਹ ਜਿਹੜਾ 911 ਟਰੈਕਟਰ ਹੈ ਬਾਈ ਦੀ ਸਮਾਰਧ ਦੇ ਅੱਗੇ ਜਿਹੜਾ ਅਸ ਜਾਇਆ ਗਿਆ ਰਾਠੀ ਕਲਾ ਕੇਂਦਰ ਸਾਹਮਣੇ ਸਿੱਧੂ ਮੂਸੇਵਾਲੇ ਨੂੰ ਬਾਈ ਨੂੰ ਦਿੱਤਾ ਹੈ ਨਾ ਉੱਤੇ ਜਿਹੜਾ ਨੰਬਰ ਵੀ ਲਿਖਿਆ ਹੋਇਆ ਹੈ ਬਾਈ ਨਾਲ ਉਸ ਬਾਈ ਦੀ ਫੋਟੋ ਹੈ ਜਿਹੜੇ ਬਾਈ ਨੇ ਇਹ ਟਰੈਕਟਰ ਬਣਾਇਆ ਹੈਗਾ ਸਿੱਧੂ ਮੂਸੇਵਾਲੇ ਦਾ ਬਹੁਤ ਜ਼ਿਆਦਾ ਪਿਆਰ ਸੀ 911 ਟਰੈਕਟਰ ਦੇ ਨਾਲ ਯਾਦਗਾਰ ਤੇ ਆਉਂਗੇ ਤਾਂ 911 ਟਰੈਕਟਰ ਜਿਹੜਾ ਤੁਹਾਨੂੰ ਦੇਖਣ ਨੂੰ ਮਿਲੇਗਾ ਅੱਜ ਤੋਂ ਪਹਿਲਾਂ ਜਿਹੜਾ ਇੱਥੇ ਹੈ ਨਹੀਂ ਸੀਗਾ ਅੱਜ ਇਹ ਲਾਇਆ ਹੈਗਾ ਤੇ ਦੇਖੋ ਤੁਸੀਂ ਯਾਰ ਬਾਕੀ ਬਹੁਤ ਕਮਾਲ ਦਾ ਡਾਇਰੈਕਟਰ ਜਿਹੜਾ ਬਣਾਇਆ ਹੋਇਆ ਹੈ ਬਾਈ ਨੇ ਤੇ ਬਾਈ ਜਿਹੜੇ ਸਜਾਰੇ ਨੇ موسی ਪਿੰਡ ਵਾਲੇ ਆਲੇ-ਦਾਲੇ ਜਿਹੜਾ ਸ਼ੀਸ਼ਾ ਲੱਗਿਆ ਹੋਇਆ ਹੈ ਅੰਦਰ ਜਿਹੜਾ ਸ਼ੀਸ਼ਾ ਖੋਲ ਕੇ ਬਾਈ ਅੰਦਰ ਗਏ ਹੋਏ ਨੇ ਤੇ ਹਨਾ ਤੇ ਬਾਕੀ ਜਿਹੜਾ ਅੱਜ ਕਾਫੀ ਇਕੱਠ ਵੀ ਹੋਇਆ ਹੋਇਆ ਹੈ ਬਾਈ ਸਿੱਧੂ موسی ਵਾਲੀ ਸਮਾਧ ਤੇ ਯਾਦਗਾਰ ਤੇ ਸੌਰੀ ਇਹ ਇਕੱਠ ਹਰ ਰੋਜ਼ ਹੀ ਹੁੰਦਾ ਕੋਈ ਅੱਜ ਨਹੀਂ ਹੈ ਨਾ ਨਾਮਾ ਤੇ ਐਤਵਾਰ ਨੂੰ ਜਿਹੜਾ ਬਹੁਤ ਜ਼ਿਆਦਾ ਹੁੰਦਾਗਾ ਇਦਾਂ ਵੀ ਕਹਿ ਸਕਦੇ ਆਂ ਵੀ ਮਾਰਕ ਕੋਲੇ ਜਿਹੜਾ ਉਹਦਾ ਸੰਦ ਆ ਉਹ ਹੁਣ ਪਹੁੰਚੇਗਾ ਅਕਸਰ ਬਾਈ ਸਿੱਧੂ ਮੂਸੇਵਾਲਾ ਜਿਹੜਾ 911 ਡਾਇਰੈਕਟਰ ਰੱਖਦਾ ਹੁੰਦਾ ਸੀਗਾ ਤੇ ਹਮੇਸ਼ਾ ਸਭ ਤੋਂ ਜ਼ਿਆਦਾ ਪਿਆਰ ਆ ਸੀ ਡਾਇਰੈਕਟਰ ਹੋਰ ਵੀ ਖੜੇ ਨੇ ਬਾਈ ਕੋਲੇ ਗੱਡੀਆਂ ਬਥੇਰੀਆਂ ਕੜੀਆਂ ਨੇ ਪਰ ਸਭ ਤੋਂ ਜ਼ਿਆਦਾ ਪਿਆਰ ਸੀ ਜਿਹੜਾ ਉਹਦਾ ਡਾਇਰੈਕਟਰ ਦੇ ਨਾਲ ਸੀ ਨਾ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਨਸੀਬ ਚਮਕਤੇ ਅਤੇ ਕਿਸਮਤ ਬਦਲ ਦੇ ਥੇੜਨੀ ਲਾਤੀ ਮੁਸਲਮਾਨੀ ਰੂਹਾਨੀ ਅਤੇ ਕਾਲੇ ਇਲਮ ਦੇ ਮਾਹਿਰ ਗੁਰੂ ਜੀ ਸਲੇਮਾਨੀ 99155 15560 ਪਤਾ ਲੁਧਿਆਣਾ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਕਦੋਂ ਬਦਲੇਗੀ ਤਕਦੀਰ ਸੱਚਾ ਪਿਆਰ ਮਿਲੇਗਾ ਜਾਂ ਨਹੀਂ ਪਰੇਸ਼ਾਨੀ ਜਿਵੇਂ ਪਿਆਰ ਚ ਤੋਖਾ ਲਵ ਮੈਰਿਜ ਵਸ਼ਿਕਰਣ ਕਰਵਾਉਣਾ ਜਾਤ ਉੜਵਾਣਾ ਸਤਨ ਦੁਸ਼ਮਨ ਦਾ ਖਾਤਮਾ ਪਤੀ ਪਤਨੀ ਚ ਝਗੜਾ ਤਲਾਕ ਕੇਸ ਵਿਦੇਸ਼ ਚ ਪੱਕੇ ਹੋਣਾ ਕਰਜ਼ਾ ਮੁਕਤੀ ਔਲਾਦ ਸੁਖ ਲਾਟਰੀ ਨੰਬਰ ਪਾਓ 649 ਹੋਵੇ ਜਾਂ ਲੋਟੋ ਮੈਕਸ ਕੋ ਪ੍ਰੇਮਿਕਾ ਨੂੰ ਆਪਣੇ ਪਿਆਰ ਚ ਤੜਫਦਾ ਵੇਖੋ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ ਇਟਸ ਮਾਈ ਪ੍ਰੋਮਿਸ ਗੁਰੂਜੀ ਸਲੇਮਾਨੀ ਨੜੀਨਵੇਕ 155 1556 ਪਤਾ ਲੁਧਿਆਣਾ